ਓ ਮੈਨੂੰ ਪਤਾ ਲੱਗਿਆ ਸਾਲ 'ਚ ਇੱਕ ਦਿਨ ਹੁੰਦਾ ਜਿਹਨੂੰ ਕਹਿੰਦੇ ਨੇ ਔਰਤਾਂ ਦਾ ਦਿਨ, ਵੁਮਨ ਡੇ। ਇਹ ਮਜ਼ਾਕ ਹੈ। ਪੂਰੀ ਦੁਨੀਆ 'ਚ ਰੋਜ਼ ਕਿਤੇ ਨਾ ਕਿਤੇ ਬੁਜ਼ਦਿਲ ਮਰਦ ਔਰਤਾਂ ਨਾਲ ਜ਼ੁਲਮ ਕਰਦੇ ਨੇ, ਨਾ ਔਰਤਾਂ ਦੀ ਇੱਜ਼ਤ ਕਰਦੇ ਨੇ, ਨਾ ਹਕੂਕ ਦਿੰਦੇ ਨੇ, ਨਾ ਕਦਰ ਕਰਦੇ ਨੇ। ਉਹ ਕਦਰ ਤਾਂ ਛੱਡੋ, ਜਦ ਵੀ ਮੌਕਾ ਮਿਲਦਾ ਔਰਤ ਦੀ ਬੇਇੱਜ਼ਤੀ ਕਰਦੇ ਨੇ, ਭਾਵਾਂ ਘਰਾਂ 'ਚ ਹੋ ਜਾਂ ਆਮ ਦੁਨੀਆ 'ਚ ਹੋ ਜਾਂ ਇੱਥੇ ਟਿਕਟੌਕ 'ਤੇ ਹੋ। ਫਿਰ ਜੇ ਦੁਨੀਆ ਦੀ ਔਰਤਾਂ ਆਵਾਜ਼ ਉਠਾਉਂਦੀਆਂ ਨਹੀਂ, ਤੁਹਾਨੂੰ ਸਭ ਨੂੰ ਦੱਸਦੀਆਂ ਨਹੀਂ ਕਿ ਤੁਸੀਂ ਉਹਨਾਂ ਨੂੰ ਤਕਲੀਫ ਦਿੰਦੇ ਹੋ, ਸੁਣਨ ਦੇ ਇਲਾਵਾ ਆਪਣੀ ਹਰਕਤਾਂ ਬਦਲਣ ਦੇ ਇਲਾਵਾ ਆਪਣੇ ਕੁੱਤੇ ਪਣ ਦਾ ਇਲਜ਼ਾਮ, ਦੁਨੀਆ ਦਾ ਸਾਰਾ ਬੋਝ, ਸਾਰੀ ਜ਼ਿੰਮੇਵਾਰੀ ਔਰਤ 'ਤੇ ਪਾ ਦਿੰਦੇ ਹੋ। ਕਦੀ ਜੀ ਘਰੋਂ ਬਾਹਰ ਕਿਉਂ ਨਿਕਲੀ ਸੀ, ਪਰਦਾ ਕਿਉਂ ਨਹੀਂ ਕੀਤਾ ਸੀ, ਹਿਜਾਬ ਕਿਉਂ ਨਹੀਂ ਬਣਿਆ ਸੀ। ਉਹ ਨਾ ਮਰਦ ਬੁਜ਼ਦਲੋਂ, ਮੈਂ ਕਹਿੰਦੀ ਹਾਂ ਬਹੁਤ ਹੋ ਗਿਆ। ਅੱਲਾ ਪਾਕ ਨੇ ਔਰਤ ਨੂੰ ਸਾਰੇ ਹਕੂਕ ਦਿੱਤੇ ਨੇ, ਮਰਦਾਂ ਦੇ ਬਰਾਬਰ ਦਾ ਬਣਾਇਆ। ਜਦ ਰੱਬ ਨੇ ਔਰਤ ਨੂੰ ਇੱਜ਼ਤ ਦਿੱਤੀ ਆ, ਕਿਸੇ ਇਨਸਾਨ ਦੀ ਮਜਾਲ ਹੈ ਕਿ ਔਰਤ ਦੀ ਬੇਇੱਜ਼ਤੀ ਕਰਨ? ਉਹ ਮੈਂ ਕਹਿੰਦੀ ਹਾਂ ਹੁਣ ਤਾਂ ਡੰਡੇ ਤਾਂ ਜੁੱਤੀਆਂ ਚੁੱਕਣ ਦਾ ਵਕਤ ਆ ਗਿਆ, ਆਪਣੀ ਹਿਫਾਜ਼ਤ ਕਰਨ ਦਾ ਵਕਤ ਆ ਗਿਆ। ਅਗਲੀ ਵਾਰੀ ਕਿਸੇ ਕੁੱਤੇ ਦੇ ਪੁੱਤਰ ਨੇ ਤੁਹਾਨੂੰ ਸਭ ਨੂੰ ਗਲਤ ਨਜ਼ਰ ਨਾਲ ਵੀ ਵੇਖਿਆ ਨਾ, ਮੈਂ ਕਹਿੰਦੀ ਹਾਂ ਮਿਲ ਕੇ ਕੁੱਟੋ ਸਾਲਿਆਂ ਨੂੰ। ਮਰਦ ਤਾਂ ਉਹ ਹੁੰਦਾ ਜਿਹੜੀ ਔਰਤ ਦੀ ਹਿਫਾਜ਼ਤ ਕਰਦਾ ਹੈ। ਉਹ ਬੁਜ਼ਦਿਲੋਂ, ਬਗੈਰ ਤੋਂ, ਉੱਲੂ ਦੇ ਪੱਠੇ ਹੋ, ਨਾ ਮਰਦੋ। ਇਸ ਹਿਸਾਬ ਦੇ ਨਾਲ ਤਾਂ ਮੈਂ ਮਰਦਾਂ।